ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਹੈ ਨਾ, ਅੱਜ ਸੰਡੇ ਹੈ। ਸੰਡੇ ਨੂੰ ਨਾ ਤਾਂ ਭਾਈ ਕੰਮ ਕਰਨ ਨੂੰ ਜੀ ਕਰੇ, ਹੈ ਨਾ। ਕਹਿ ਦਿੰਦੇ ਹੈਪੀ ਸੰਡੇ। ਹੈਪੀ ਸੰਡੇ ਉਦੋਂ ਬਣਦਾ ਹੈ ਜਦੋਂ ਅਸੀਂ ਆਰਾਮ ਨਾਲ, ਹੈ ਨਾ, ਸੰਡੇ ਇੱਦਾਂ ਦਿਨ ਇੰਜੋਏ ਕਰਦੇ ਹਾਂ, ਹੈ ਨਾ, ਅਤੇ ਛੁੱਟੀ ਮਨਾਉਂਦੇ ਹਾਂ। ਅਤੇ ਕੱਲ੍ਹ ਦੇ ਦਿਨ ਔਰ ਅੱਜ ਦੇ ਦਿਨ ਦੇ ਵਿੱਚ ਬਹੁਤ ਫਰਕ ਹੈ, ਹੈ ਨਾ। ਕੱਲ੍ਹ ਬਿਲਕੁਲ ਵੀ ਨਹੀਂ ਸਾਡਾ ਮਨ ਕਰ ਰਿਹਾ ਸੀਗਾ, ਸੋ ਅੱਜ ਅਸੀਂ, ਹੈ ਨਾ, ਆਪਦੀ ਛੁੱਟੀ ਨੂੰ ਮਨਾਇਆ। ਸਹੀ ਹੈ ਨਾ, ਵਧੀਆ ਜਿਹਾ ਇਹਨਾਂ ਨੂੰ ਨਾਸ਼ਤਾ ਬਣਾ ਕੇ ਦਿੱਤਾ ਸਵੇਰੇ ਮੈਂ, ਅਤੇ ਨੂਨ ਮਿਰਚਾਂ ਵਾਲਾ ਪਰੌਂਠਾ ਨਾਲ ਮਿਰਚ ਦਾ ਅਚਾਰ, ਅਤੇ ਨਾਲ ਹੈਗਾ ਜੀ ਓਮਲੇਟ, ਹੈ ਨਾ। ਅਤੇ ਨਾਸ਼ਤਾ ਨੁਸ਼ਤਾ ਬਣਾ ਕੇ ਦੇ ਕੇ ਫਿਰ ਮੈਂ ਕਿਹਾ ਚੱਲ ਬਾਅਦ ਦਾ ਕੰਮ ਬਾਅਦ 'ਚੋਂ ਕਰੂੰਗੀ, ਇਹ ਵਾਲਾ ਕੰਮ ਬਾਅਦ 'ਚੋਂ ਕਰੂੰਗੀ। ਅਤੇ ਪਹਿਲਾਂ ਜਿਹੜੇ ਥੋੜ੍ਹੇ ਬਹੁਤੇ ਭਾਂਡੇ ਹੈਗੇ ਮਾਂਜ ਲੈਂਦੀ ਹਾਂ, ਨਾਲੇ ਮੈਂ ਆਲੂ ਉਬਲਣੇ ਧਰੂੰਗੀ, ਹੈ ਨਾ। ਜਿਸ ਤਰ੍ਹਾਂ ਤੁਸੀਂ ਵੀਡੀਓ ਦੀ ਸ਼ੁਰੂਆਤ 'ਤੇ ਦੇਖਿਆ, ਆਪਾਂ ਅੱਜ ਬਣਾਵਾਂਗੇ ਜੀ ਆਲੂਆਂ ਵਾਲੇ ਪਰੌਂਠੇ। ਅਤੇ ਅੱਜ ਦੇਖੋ ਦਿਨ ਕਿੱਡਾ ਵੱਡਾ ਸੁੱਖ ਨਾਲ ਚੜਿਆ ਹੋਇਆ, ਹੈ ਨਾ। ਧੁੱਪ ਕਿੱਡੀ ਨਿਕਲੀ ਹੋਈ, ਕਹਿੰਦਾ ਇਹ ਮਤਲਬ ਹੈ ਅੱਜ ਹਨੇਰਾ ਹਨੇਰਾ ਨਹੀਂ ਹੈਗਾ, ਹੈ ਨਾ। ਜਿਸ ਤਰ੍ਹਾਂ ਰੋਸ਼ਨੀ ਤੋਂ ਹੀ ਪਤਾ ਚੱਲ ਜਾਂਦਾ ਵੀ ਕਿੰਨਾ ਵਧੀਆ ਦਿਨ ਹੈ ਅੱਜ। ਅਤੇ ਵਧੀਆ ਦਿਨ ਦੀ ਵਧੀਆ ਤਰੀਕੇ ਨਾਲ ਹੀ ਆਪਾਂ ਸ਼ੁਰੂਆਤ ਕਰਾਂਗੇ, ਹੈ ਨਾ। ਅਤੇ ਆਲੂਆਂ ਦੇ ਪਰੌਂਠੇ ਬਣਾਵਾਂਗੇ ਅੱਜ, ਕਿਉਂਕਿ ਇਹਨਾਂ ਨੂੰ ਮੈਂ ਨਾਸ਼ਤਾ ਦੇ ਚੁੱਕੀ ਹਾਂ, ਅਤੇ ਇਹ ਮੈਨੂੰ ਪਤਾ ਨਹੀਂ ਸੀਗਾ ਵੀ ਮੈਂ ਹੁਣ ਬਣਾਉਂਗੀ, ਹੈ ਨਾ। ਫਿਰ ਮੈਂ ਸੋਚਿਆ, ਮੈਂ ਕਿਹਾ ਹੁਣ ਤਾਂ 11 ਵਜੇ ਦਾ ਟਾਈਮ ਹੈ, ਇਹ ਹੈਗਾ ਜੀ 11 ਵਜੇ ਦਾ ਟਾਈਮ, ਹੈ ਨਾ। ਅਤੇ ਮੈਂ ਆਲੂ ਉਬਲਣੇ ਧਰ ਰਹੀ ਹਾਂ, ਅਤੇ ਆਰਾਮ ਨਾਲ ਮੈਂ ਅੱਜ ਉੱਠੀ, ਆਰਾਮ ਨਾਲ ਹੀ ਦੇਖ ਲਓ ਜੀ ਸੰਡੇ ਨੂੰ ਇੰਜੋਏ ਕਰ ਰਹੇ ਹਾਂ ਅਸੀਂ, ਹੈ ਨਾ। ਅਤੇ ਪਤਾ ਕੀ ਹੋਇਆ, ਦੱਸ ਰਹੀ ਹਾਂ ਮੈਂ ਤੁਹਾਨੂੰ। ਪਹਿਲਾਂ ਤਾਂ ਮੇਰਾ ਜੀ ਕੀਤਾ ਵੀ ਨਾਸ਼ਤਾ ਬਣਾਇਆ ਲੈ ਕੇ ਆਵਾਂਗੇ। ਫਿਰ ਮੈਂ ਸੋਚਿਆ ਨਹੀਂ, ਹੈ ਨਾ, ਅੱਜ ਮੈਂ ਕਿਹਾ ਇਹਨਾਂ ਦੀ ਡਿਊਟੀ ਹੈ, ਇਹਨਾਂ ਨੂੰ ਡਿਊਟੀ ਜਾਣ ਦਿੰਦੀ ਹਾਂ, ਅਤੇ ਇਹਨਾਂ ਨੂੰ ਪਹਿਲਾਂ ਤੋਰਦੇ ਹਾਂ, ਹੈ ਨਾ, ਅਤੇ ਬਾਕੀ ਬਾਅਦ 'ਚੋਂ ਦੇਖਾਂਗੇ ਕਰਨਾ ਕੀ ਹੈ। ਬਸ ਇਹਨਾਂ ਨੇ ਵੀ ਮੀਟਿੰਗ ਅਟੈਂਡ ਕਰਕੇ ਆ ਜਾਣਾ ਸੀਗਾ, ਹੈ ਨਾ। ਅਤੇ ਇੰਨਾ ਕੰਮ ਜਦੋਂ ਹੁੰਦਾ ਹੈ ਫਿਰ ਤਾਂ ਦੇਖੋ ਉੱਥੇ ਹੀ ਮਤਲਬ ਬੈਠਣਾ ਪੈਂਦਾ ਇਹਨਾਂ ਨੂੰ। ਅਤੇ ਫਿਰ ਆਪਾਂ ਆਰਾਮ ਨਾਲ ਅੱਜ ਮਤਲਬ ਬੈਠੇ, ਹੈ ਨਾ। ਅਤੇ ਮੈਨੂੰ ਯਾਦ ਵੀ ਨਹੀਂ ਇਸ ਟਾਈਮ ਤੱਕ ਮੈਂ ਨਾਸ਼ਤਾ ਨਹੀਂ ਕੀਤਾ, ਆਲੂ ਉਬਲ ਚੁੱਕੇ ਸੀ, ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਮੈਂ ਮਿੱਠੂ ਨੂੰ ਲੈ ਕੇ ਬੈਠ ਗਈ। ਇਹ ਵੀ ਥੋੜ੍ਹਾ ਜਿਹਾ ਮਸਤੀ ਮਾਰਦਾ, ਹੈ ਨਾ। ਇਹ ਦੇਖੋ ਹੁਣ ਮੈਂ ਮਿਊਜ਼ਿਕ ਲੱਗਿਆ ਹੋਇਆ ਸੀਗਾ, ਹੈ ਨਾ। ਸੰਡੇ ਵਾਲੇ ਦਿਨ ਅਸੀਂ ਗਾਣੇ ਨਹੀਂ ਬੰਦ, ਫਿਰ ਇਹ ਆ ਗਏ ਸੀਗੇ, ਹੈ ਨਾ। ਅਤੇ ਇਹ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਚਲੋ ਆਪਾਂ ਥੋੜ੍ਹਾ ਜਿਹਾ ਡਾਂਸ ਕਰਦੇ ਹਾਂ। ਫਿਰ ਮਸਤੀ ਦਾ ਮੂਡ ਸੀਗਾ, ਮੈਂ ਤਾਂ ਤੁਹਾਨੂੰ ਪਤਾ ਕਰਦੀ ਰਹਿੰਦੀ ਹਾਂ, ਹੈ ਨਾ, ਵਲੋਗ ਦੇ ਵਿੱਚ ਡਾਂਸ। ਪਰ ਇਹਨਾਂ ਨੂੰ ਮੈਂ ਕਿਹਾ ਕਰੋ ਅੱਜ ਤੁਸੀਂ ਡਾਂਸ, ਫਿਰ ਕਰਨ ਲੱਗ ਗਏ, ਅਤੇ ਬਹੁਤ ਮਜ਼ਾ ਆਇਆ, ਹੈ ਨਾ। ਕਹਿੰਦੇ ਨਾ ਛੁੱਟੀ ਵਾਲਾ ਜਿਹੜਾ ਦਿਨ ਹੁੰਦਾ ਨਾ, ਅਤੇ ਉਹਨੂੰ ਛੁੱਟੀ ਵਾਲੇ ਦਿਨ ਅਗਰ ਨਾ ਵੀ ਅਸੀਂ ਮਨਾਇਆ ਨਾ, ਅਤੇ ਇੰਜੋਏ ਨਹੀਂ ਵੀ ਕੀਤਾ, ਅਗਲੇ ਕਰ ਲਓ, ਹੈ ਨਾ। ਅਤੇ ਜਿਸ ਦਿਨ ਸਾਡਾ ਮਨ ਠੀਕ ਹੈ, ਜਿਸ ਦਿਨ ਠੀਕ ਹੈ, ਉਹੀ ਟਾਈਮ ਸਾਡੇ ਵਾਸਤੇ ਠੀਕ ਹੈ। ਲਓ ਜੀ, ਮੈਂ ਖਾ ਰਹੀ ਹਾਂ ਧਨੀਏ ਵਾਲਾ ਪਰੌਂਠਾ, ਹੈ ਨਾ। ਅਤੇ ਆਲੂ ਤਾਂ ਆਪਾਂ ਦੁਪਹਿਰ ਵਾਸਤੇ ਕਰਕੇ ਰੱਖਾਂਗੇ, ਠੀਕ ਹੈ। ਅਤੇ ਹੁਣ ਤਾਂ ਪਤਾ ਕੀ ਹੈ, ਪਰੌਂਠਾ ਕਿਸੇ ਵੀ ਚੀਜ਼ ਦਾ ਬਣਾ ਕੇ ਖਾ ਲਓ, ਇਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਆਲੂ ਨਹੀਂ ਮੇਰੇ ਤੋਂ ਮਤਲਬ ਛਿੱਲੇ ਗਏ, ਹੈ ਨਾ, ਕਿਉਂਕਿ ਅੱਜ ਮੂਡ ਹੀ ਨਹੀਂ ਸੀਗਾ ਕੰਮ ਕਰਨ ਦਾ। ਫਿਰ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ, ਜਿੰਨੀ ਦੇਰ ਆਪਾਂ ਤਵੇ 'ਤੇ ਪਰੌਂਠਾ ਪਾਤਾ, ਹੈ ਨਾ, ਅਤੇ ਆਪਾਂ ਵਿਹਲੇ ਕਾਹਨੂੰ ਪੈਣਾ। ਫਿਰ ਮੈਂ ਦੇਖ ਲਓ ਜੀ ਮਸਾਲੇ ਮਸੂਲੇ ਫਿਲ ਕਰਨ ਲੱਗ ਗਈ, ਹੈ ਨਾ। ਅਤੇ ਮੈਂ ਕਿਹਾ ਮਸਾਲੇ ਫਿਲ ਕਰ ਦਿੰਦੀ ਹਾਂ, ਅਤੇ ਜਿੰਨੀ ਦੇਰ ਪਰੌਂਠੇ ਪੱਕਣ 'ਤੇ ਟਾਈਮ ਲੱਗੂਗਾ, ਹੈ ਨਾ, ਸਿਮ ਗੈਸ 'ਤੇ ਮੈਂ ਪਕਾਉਂਦੀ ਹੁੰਦੀ ਹਾਂ ਪਰੌਂਠਾ। ਫਿਰ ਇਹ ਦੇਖ ਲਓ ਜੀ ਚੋਕਲੇਟ ਪਈ ਹੈ, ਹੈ ਨਾ। ਮੈਂ ਕੇਕ ਬਣਾਉਣਾ ਸੀਗਾ, ਬਸ ਅੱਜ ਨਹੀਂ ਬਣ ਸਕਿਆ ਮੇਰੇ ਕੋਲੋਂ, ਅਤੇ ਕੱਲ੍ਹ ਬਣਾਵਾਂਗੇ, ਪਰਸੋਂ ਬਣਾਵਾਂਗੇ, ਉਹ ਦੇਖੀ ਜਾਊਗੀ, ਹੈ ਨਾ। ਪਰ ਚੋਕਲੇਟ ਵਗੈਰਾ ਮੈਂ ਪਹਿਲਾਂ ਹੀ ਲਿਆ ਕੇ ਰੱਖ ਲਏ, ਲੁਕੋ ਕੇ ਰੱਖ ਲਏ ਬੱਚਿਆਂ ਤੋਂ, ਕਿਉਂਕਿ ਪਤਾ ਕੀ ਗੱਲ ਹੈ, ਜਦੋਂ ਖਾਧੇ ਜਾਂਦੇ ਨਾ ਫਿਰ ਆਪਾਂ ਚੋਕਲੇਟ ਪਿੱਛੇ ਬੈਠੇ ਰਹਿੰਦੇ ਹਾਂ। ਸੋ ਚੀਜ਼ ਮੈਂ ਥੋੜ੍ਹੀ ਜਿਹੀ ਨਾ ਇਸ ਤਰ੍ਹਾਂ ਰੱਖ ਲੈਂਦੀ ਹੁੰਦੀ ਹਾਂ, ਹੈ ਨਾ।
ਬੱਚਿਆਂ ਵਾਲੇ ਘਰ ਦੇ ਵਿੱਚ ਕਦੇ ਵੀ ਹੈ ਨਾ ਚੀਜ਼ਾਂ ਨਹੀਂ ਓਪਨ ਰਹਿੰਦੀਆਂ ਹੈਗੀਆਂ, ਸੋ ਕਈ ਚੀਜ਼ਾਂ ਸਾਨੂੰ ਬਣਾਉਣੀਆਂ ਪੈਂਦੀਆਂ। ਪਹਿਲਾਂ ਪਰੌਂਠਾ ਦੇਖ ਲਓ ਤੁਸੀਂ ਕਿੰਨਾ ਵਧੀਆ ਬਣਿਆ ਹੈ ਨਾ, ਅਤੇ ਕੁਰਕੁਰਾ ਜਿਹਾ ਪਰੌਂਠਾ ਬਣਿਆ, ਅਤੇ ਇੰਨੀ ਆਵਾਜ਼ ਆ ਰਹੀ ਸੀ ਜਦੋਂ ਮੈਂ ਖਾ ਰਹੀ ਸੀਗੀ ਨਾ, ਅਤੇ ਇਹਦਾ ਜਿਹੜਾ ਪਰੌਂਠੇ ਦਾ ਕਰੰਚ ਹੈ ਇੰਨਾ ਵਧੀਆ ਬਣਿਆ ਸੀ, ਬਹੁਤ ਜ਼ਿਆਦਾ। ਡਾਲਡਾ ਘਿਓ ਪਾ ਕੇ ਆਪਾਂ ਪਰੌਂਠਾ ਬਣਾਇਆ, ਦੇਸੀ ਨਹੀਂ ਮੈਂ ਪਾਇਆ, ਉੱਪਰ ਮੈਂ ਮੱਖਣ ਲਾ ਲਿਆ, ਔਰ ਦੇਖ ਲਓ ਜੀ ਆਪਾਂ ਨਿੰਬੂ ਦਾ ਅਚਾਰ ਲੈ ਲਿਆ। ਲਓ ਜੀ ਨਾਸ਼ਤਾ ਤਿਆਰ ਹੈ, ਆ ਜਾਓ ਤੁਸੀਂ ਵੀ ਖਾ ਲਓ। ਨਾਸ਼ਤਾ ਕਰਨ ਤੋਂ ਬਾਅਦ ਫਿਰ ਮੈਂ ਦੇਖ ਲਓ ਜੀ ਮਾਂਜਣ ਲੱਗ ਗਈ ਭਾਂਡੇ ਹੈ ਨਾ। ਸਭ ਤੋਂ ਪਹਿਲਾਂ ਮੈਂ ਸੋਚਿਆ ਭਾਂਡੇ ਖਾਲੀ ਕਰ ਲਾਂ, ਅਤੇ ਭਾਂਡੇ ਖਾਲੀ ਕਰਕੇ ਭਾਂਡੇ ਮਾਂਜ ਦਿੰਦੀ ਹਾਂ। ਭਾਈ ਭਾਂਡੇ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਜਾਂਦੇ, ਕਹਿੰਦੇ ਖਾਣੇ ਤੋਂ ਵੀ ਪਹਿਲਾਂ ਭਾਂਡੇ ਹੋਣੇ ਜ਼ਰੂਰੀ ਹੈ ਨਾ, ਸਾਫ਼ ਹੋਣੇ ਜ਼ਰੂਰੀ ਹੈ ਨਾ। ਸੰਡੇ ਵਾਲੇ ਦਿਨ ਤਾਂ ਭਾਈ ਆਵਾਜ਼ ਵੀ ਨਹੀਂ ਨਿਕਲਦੀ ਹੈ ਨਾ। ਅਤੇ ਲਓ ਜੀ ਹੁਣ ਆਪਣਾ ਭਾਂਡਿਆਂ ਦਾ ਕੰਮ ਹੋ ਜੂਗਾ, ਫਿਰ ਆਪਾਂ ਅਗਲਾ ਕੰਮ ਕਰਾਂਗੇ ਸਿਰ 'ਤੇ ਤੇਲ ਲਗਾਉਣ ਦਾ। ਹਜੇ ਤਾਂ ਮੈਂ ਭਾਂਡੇ ਮਾਂਜੀ ਜਾਂਦੀ ਹਾਂ, ਪਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਮੈਂ ਸਿਰ 'ਤੇ ਤੇਲ ਲਗਾਇਆ ਵਧੀਆ ਜਿਹਾ ਹੈ ਨਾ, ਅਤੇ ਕੋਸਾ ਜਿਹਾ ਕਰਕੇ ਮਸਾਜ ਕੀਤੀ, ਫਿਰ ਉਸ ਤੋਂ ਬਾਅਦ ਸਿਰ ਧੋਊਂਗੀ ਨਹਾਉਂਗੀ ਹੈ ਨਾ, ਬਸ ਇੰਨੀ ਕੁ ਤਿਆਰੀ ਕਰੂੰਗੀ। ਅਤੇ ਬਾਕੀ ਸਾਰਾ ਭਾਈ ਕਮਰਿਆਂ ਦਾ ਮੈਂ ਖਲਾਰਾ ਚੱਕਤਾ ਸੀਗਾ, ਚਾਦਰਾਂ ਝਾੜਤੀਆਂ ਸੀ, ਬਿਸਤਰੇ 'ਤੇ ਐਂ ਮਾਰਤੇ ਸੀ ਹੈ ਨਾ, ਜਿੱਥੇ ਡਸਟਿੰਗ ਦਾ ਹੈ ਨਾ ਕੰਮ ਉੱਥੇ ਡਸਟਿੰਗ ਕਰਤੀ ਸੀਗੀ, ਅਤੇ ਬਸ ਸਾਰਾ ਕੰਮ ਮਤਲਬ ਮੇਡ ਦੇ ਆਉਣ ਤੋਂ ਪਹਿਲਾਂ ਆਪਾਂ ਕਰਤਾ ਸੀਗਾ ਹੈ ਨਾ। ਅੱਜ ਉਹ ਵੀ ਲੇਟ ਹੋਊਗੀ ਹੈ ਨਾ, ਜਿਸ ਤਰ੍ਹਾਂ ਸੰਡੇ ਹੈ ਨਾ, ਉਹਦੇ ਵੀ ਬੱਚੇ ਘਰ ਹੁੰਦੇ ਹੈ, ਫਿਰ ਕਹਿੰਦੀ ਮੈਂ ਤਾਂ ਲੇਟ ਆਊਂਗੀ। ਮੈਂ ਕੋਈ ਗੱਲ ਨਹੀਂ, ਸੰਡੇ ਨੂੰ ਤੂੰ ਲੇਟ ਆ ਜਾ, ਉੰਨੀ ਦੇਰ ਮੈਂ ਕੋਈ ਹੋਰ ਕੰਮ ਕਰ ਲੂੰਗੀ। ਅਤੇ ਜਿਸ ਤਰ੍ਹਾਂ ਕੱਪਬੋਰਡ ਵਗੈਰਾ ਸਾਫ਼ ਕਰਨੇ ਹੁੰਦੇ, ਕੱਪੜੇ ਸੈੱਟ ਕਰਨੇ ਹੁੰਦੇ, ਆਪਾਂ ਧੋ ਕੇ ਤਾਂ ਰੱਖ ਦਿੰਦੇ ਹਾਂ ਹੈ ਨਾ, ਅਤੇ ਫਿਰ ਕੱਪਬੋਰਡਾਂ ਨੂੰ ਵੀ ਸੈੱਟ ਕਰਨਾ ਪੈਂਦਾ, ਫਿਰ ਮੈਂ ਵਿਚਦੀ ਨਾ ਇੱਕ ਕੰਮ ਕਰ ਲੈਂਦੀ ਹੁੰਦੀ ਹਾਂ ਜਦੋਂ ਮੈਨੂੰ ਪਤਾ ਉਹਨੇ ਲੇਟ ਆਉਣਾ। ਵੈਸੇ ਤਾਂ ਆਪਾਂ ਟਾਈਮ 'ਤੇ ਹੀ ਕੰਮ ਨਿਬੇੜਦੇ ਹੁੰਦੇ ਹਾਂ, ਘਰ ਦੇ ਭਾਈ ਸਾਰੇ ਕੰਮ ਜ਼ਰੂਰੀ ਹੋ ਜਾਂਦੇ ਨੇ। ਇੱਥੇ ਬੈਠੇ ਸੀਗੇ, ਮੈਂ ਇਹਨਾਂ ਨੂੰ ਸਵੇਰੇ ਕਿਹਾ ਸੀ, ਮੈਂ ਕਿਹਾ ਤੁਸੀਂ ਮਤਲਬ ਇਹ ਰਿਫਲ ਫਿਲ ਕਰ ਦਿਓ ਹੈ ਨਾ। ਸਬਜ਼ੀ ਵਾਲਾ ਆ ਗਿਆ ਭਾਈ ਬਾਹਰ, ਇਸ ਟਾਈਮ ਵੀ ਸਬਜ਼ੀ ਵਾਲੇ ਆ ਜਾਂਦੇ, ਦੇਖ ਲਓ 5:30 ਵੱਜ ਚੁੱਕੇ ਆ ਹੈ ਨਾ। ਅਤੇ ਕੱਲ੍ਹ ਵੀ ਮੈਂ ਵਲੋਗ ਜਲਦੀ ਪਾਤਾ ਸੀ, ਜਦੋਂ ਮੇਰੇ ਕੋਲ ਟਾਈਮ ਜਲਦੀ ਹੁੰਦਾ ਤਾਂ ਮੈਂ ਜਲਦੀ ਪਾ ਦਿੰਦੀ ਹੁੰਦੀ ਹਾਂ ਹੈ ਨਾ। ਅਤੇ ਇਹ ਦੇਖ ਲਓ ਜੀ, ਮੈਂ ਇਹਨਾਂ ਨੂੰ ਕਹਿ ਰਹੀ ਹਾਂ, ਮੈਂ ਕਿਹਾ ਬਸ ਇਹੀ ਵਾਲਾ ਪਾਊਚ ਲੈ ਕੇ ਆਇਆ ਕਰੋ, ਇਹ ਬਹੁਤ ਵਧੀਆ ਹੈ ਨਾ, ਖੁਸ਼ਬੂ ਬਹੁਤ ਵਧੀਆ ਹੁੰਦੀ ਹੈ ਡਿਟੋਲ ਦੀ। ਅਤੇ ਮੈਨੂੰ ਕਹਿੰਦੇ ਚਲੋ ਠੀਕ ਹੈ, ਮੈਂ ਕਹਿ ਵੀ ਰਹੀ ਹਾਂ, ਮੈਂ ਕਿਹਾ ਸਾਰੇ ਕੰਮ ਤੁਸੀਂ ਮੇਰੇ ਸਿਰ 'ਤੇ ਰੱਖਤੇ ਹੈ ਨਾ, ਅਤੇ ਤੁਸੀਂ ਆਪ ਵੀ ਕਰ ਲਿਆ ਕਰੋ, ਜਿਸ ਤਰ੍ਹਾਂ ਕੱਲ੍ਹ ਰਜਨੀ ਜੀ ਦਾ ਮੈਸੇਜ ਆਇਆ ਸੀਗਾ ਹੈ ਨਾ। ਅਤੇ ਪਤਾ ਕੀ ਹੈ, ਤੂੰ ਮੈਂ ਤਾਂ ਹਰੇਕ ਘਰ ਦੇ ਵਿੱਚ ਹੁੰਦੀ ਹੈ ਨਾ। ਬਾਕੀ ਜਿਸ ਤਰ੍ਹਾਂ ਮੈਂ ਮੈਸੇਜ ਦੇ ਵਿੱਚ ਦੱਸਿਆ ਸੀ, ਥੋੜ੍ਹਾ ਬਹੁਤਾ ਹੈ ਨਾ ਇੱਕ ਦੂਜੇ ਨੂੰ, ਇੱਕ ਦੂਜੇ ਦੇ ਨਾਲ ਮਤਲਬ ਕਹਿੰਦੇ ਨਾ ਝੁੱਕ ਕੇ ਰਹਿਣਾ ਪੈਂਦਾ, ਝੁੱਕ ਕੇ ਨਹੀਂ ਹੈ ਕਿ ਆਪਾਂ ਡਰ ਕੇ ਰਹੀਏ ਜਾਂ ਕੁਛ, ਬਸ ਇੱਕ ਕਹਿੰਦੇ ਨਾ ਪਿਆਰ ਦਾ ਝੁਕਾਵ ਹੋਣਾ ਚਾਹੀਦਾ, ਜਿੱਥੇ ਚਾਰ ਸ਼ਬਦ ਅਸੀਂ ਬੋਲ ਵੀ ਪਈਏ ਇੱਕ ਦੂਜੇ ਨੂੰ ਅਤੇ ਉਹ ਕੌੜੇ ਨਾ ਲੱਗਣ ਹੈ ਨਾ। ਅਤੇ ਇਹੋ ਜਿਹਾ ਸਾਨੂੰ ਰਿਸ਼ਤਾ ਨਿਭਾਉਣਾ ਚਾਹੀਦਾ ਹਸਬੈਂਡ ਵਾਈਫ ਨੂੰ, ਅਤੇ ਮੇਰੀ ਤਾਂ ਇਹੀ ਸੋਚ ਆ, ਬਾਕੀ ਤੁਸੀਂ ਜ਼ਰੂਰ ਦੱਸਿਓ ਹੈ ਨਾ। ਅਤੇ ਬਾਕੀ ਇਸ ਤਰ੍ਹਾਂ ਕਿ ਵਲੋਗ ਦੇ ਵਿੱਚ ਮੈਨੂੰ ਇਸ ਚੀਜ਼ ਦਾ ਨਹੀਂ ਹੁੰਦਾ ਵੀ ਹਾਂ ਹੁਣ ਅੱਜ ਮੈਂ ਇਸ ਤਰ੍ਹਾਂ ਬੋਲ ਰਹੀ ਹਾਂ ਹੀ, ਕੱਲ੍ਹ ਮੈਂ ਹੋਰ ਬੋਲੂੰਗੀ ਨਾ, ਜੋ ਵੀ ਬੋਲੂੰਗੀ ਉਹੀ ਬੋਲੂੰਗੀ ਹੈ ਨਾ, ਜੋ ਮੇਰੇ ਮਨ ਦੇ ਵਿੱਚ ਚੱਲਦਾ ਹੈਗਾ ਹੈ ਨਾ। ਅਤੇ ਜਿਸ ਟਾਈਮ ਮੇਰਾ ਮੂਡ ਖਰਾਬ ਹੁੰਦਾ ਆਪਾਂ ਮੂਡ ਖਰਾਬ ਬੋਲ ਦੇਈਦਾ ਹੈ ਨਾ, ਸੋ ਘਰ ਦੀਆਂ ਟੈਨਸ਼ਨਾਂ ਹੋ ਜਾਂਦੀਆਂ, ਨਹੀਂ ਸਾਰਿਆਂ ਨੂੰ ਹੁੰਦੀਆਂ। ਜਿਸ ਤਰ੍ਹਾਂ ਮੈਂ ਕੱਲ੍ਹ ਲਾਈਵ ਆਈ ਸੀਗੀ, ਮੇਰਾ ਮਨ ਸੀਗਾ, ਪਰ ਮੈਂ ਇੱਕ ਗੱਲ ਦੇਖਿਆ ਹੈ ਨਾ, ਲਾਈਵ ਦੇ ਵਿੱਚ ਮੈਸੇਜ ਬੜੇ ਗਲਤ ਜੇ ਪਾ ਦਿੰਦੇ, ਫਿਰ ਮੈਨੂੰ ਨਾ ਬਸ ਇਸ ਤਰ੍ਹਾਂ ਹੋਣ ਲੱਗ ਜਾਂਦਾ ਹੈ ਨਾ। ਅਤੇ ਬੰਦਾ ਦੇਖ ਕੇ ਮੈਸੇਜ ਪਾਉਣਾ ਚਾਹੀਦਾ ਕਿਸੇ ਨੂੰ ਵੀ ਹੈ ਨਾ। ਅਤੇ ਕਹਿੰਦੇ ਨਾ ਢੰਗ ਦਾ ਮੈਸੇਜ ਪਾਓ, ਤਾਂ ਢੰਗ ਦੇ ਮੈਸੇਜ ਦਾ ਆਪਾਂ ਜਵਾਬ ਵੀ ਦਿੰਦੇ, ਤਾਂ ਹੀ ਮੈਂ ਲਾਈਵ ਘੱਟ ਆਉਂਦੀ ਬਹੁਤ ਜ਼ਿਆਦਾ। ਹੁਣ ਦੇਖ ਲਓ ਜੀ ਆਲੂ ਛਿੱਲ ਚੁੱਕੀ ਆ ਮੈਂ, ਅਤੇ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਆਪਾਂ ਛਿਲਕੇ ਅਲੱਗ ਕਰ ਦਾਂਗੇ। ਹਾਏ ਹਾਏ ਤੁਸੀਂ ਕਹੋਗੇ ਸਾਨੂੰ ਤਾਂ ਪਤਾ ਹੀ ਨਹੀਂ, ਹੋਰ ਤੁਹਾਨੂੰ ਮੈਂ ਹੀ ਤਾਂ ਦੱਸ ਰਹੀ ਹਾਂ ਹੈ ਨਾ।
ਤੁਸੀਂ ਤਾਂ ਮੈਨੂੰ ਲਾਈਵ ਦੇ ਵਿੱਚ ਦੇਖ ਸਕਦੇ ਹੋ, ਹੈ ਨਾ, ਅਤੇ ਮੈਂ ਤੁਹਾਨੂੰ ਥੋੜ੍ਹੀ ਦੇਖ ਸਕਦੀ ਹਾਂ, ਤੁਸੀਂ ਮੈਨੂੰ ਦੇਖ ਰਹੇ ਹੋ, ਹੈ ਨਾ। ਫਿਰ ਦੇਖ ਲਓ ਜੀ, ਆਪਾਂ ਆਲੂ ਮੈਸ਼ ਕਰਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਮੈਂ ਨਮਕ ਪਾ ਕੇ ਆਲੂ ਉਬਾਲਦੀ ਹੁੰਦੀ ਹਾਂ, ਹੈ ਨਾ। ਅਤੇ ਫਿਰ ਦੇਖ ਲਓ ਜੀ, ਆਪਾਂ ਆਲੂਆਂ ਨੂੰ ਮੈਸ਼ ਕਰ ਲਾਂਗੇ, ਅਤੇ ਬਿਲਕੁਲ ਸਾਡੇ ਇੱਕ ਸਾਰ ਆਲੂ ਉਬਲਦੇ ਆ, ਹੈ ਨਾ। ਅਤੇ ਜਿਵੇਂ ਮਰਜ਼ੀ ਤੁਸੀਂ ਆਲੂਆਂ ਨੂੰ ਫੋੜ ਲਓ, ਹੈ ਨਾ, ਫੋੜ ਫੋੜ ਕੇ ਦੇਖ ਲਓ ਜੀ, ਆਪਾਂ ਸਟਫਿੰਗ ਤਿਆਰ ਕਰ ਲਈ। ਸਟਫਿੰਗ ਤਿਆਰ ਕਰਕੇ ਆਪਾਂ ਆਟਾ ਗੁੰਨ ਲਿਆ, ਆਟਾ ਗੁੰਨ ਕੇ ਫਿਰ ਦੇਖ ਲਓ ਜੀ, ਤੇਲ ਲੱਗਿਆ ਹੋਇਆ ਸੀ, ਆਪਾਂ ਨਹਾ ਕੇ ਆ ਗਏ। ਅਤੇ ਹੁਣ ਬਸ ਮੇਰੇ ਆਉਣ ਵਾਲੀ ਸੀਗੀ, ਫਿਰ ਮੈਂ ਸੋਚਿਆ, ਮੈਂ ਕਿਹਾ ਚਲੋ ਉਹਦੇ ਆਉਣ ਤੋਂ ਪਹਿਲਾਂ, ਹੈ ਨਾ, ਆਪਾਂ ਤਿਆਰ ਤਿਉਰ ਹੋ ਜਾਂਦੇ ਹਾਂ। ਤਿਆਰ ਕੀ ਮਤਲਬ, ਆਇਆ ਵੀ ਆਪਣੇ ਕਮਰਿਆਂ ਦੇ ਵਿੱਚ ਜੋ ਵੀ ਚੱਪਲਾਂ ਚੁੱਪਲਾਂ ਬਾਹਰ ਪਈਆਂ ਹੁੰਦੀਆਂ, ਅਤੇ ਉਹ ਆਪਾਂ ਅੰਦਰ ਕਬੋਰਡ ਦੇ ਵਿੱਚ ਰੱਖ ਦਿੰਦੇ ਹਾਂ। ਹੁਣ ਮੈਂ ਦੱਸ ਰਹੀ ਹਾਂ ਕਿ ਇਹ ਬਾਹਰ ਬੈਠੇ ਆ ਅਤੇ ਮੈਂ ਬਾਹਰ ਹੀ ਜਾ ਰਹੀ ਹਾਂ ਧੁੱਪੇ। ਆ ਜਾਓ ਫਿਰ, ਤੁਹਾਨੂੰ ਵੀ ਲੈ ਕੇ ਚੱਲਦੇ ਹਾਂ, ਹੈ ਨਾ। ਵਾਲ ਆਪਾਂ ਖੋਲ ਲਏ ਹੋਏ ਆ, ਅਤੇ ਫਿਰ ਮੈਂ ਤੁਹਾਨੂੰ ਇੱਕ ਵਾਰ ਤਾਂ ਭਾਈ ਡਰਾਉਂਗੀ, ਐਵੇਂ ਮਜ਼ਾਕ ਕਰਦੀ ਹਾਂ। ਫਿਰ ਦੇਖ ਲਓ ਜੀ, ਮੈਂ ਇਹਨਾਂ ਕੋਲ ਆ ਗਈ, ਹੈ ਨਾ। ਹੁਣ ਦੇਖ ਲਓ ਤੁਸੀਂ, ਮੇਰੇ ਹਸਬੈਂਡ ਦੇ ਵਿੱਚ ਕੋਲ ਵਿੱਚ ਕਹੀਏ ਨਹੀਂ, ਕੋਲ ਸਾਰਾ ਦਿਨ ਫੋਨ ਰਹਿੰਦਾ, ਹੈ ਨਾ। ਮੈਂ ਆਪਣੇ ਆਪ ਨੂੰ ਹੀ ਮਸਤ ਰੱਖਦੀ ਹਾਂ, ਹੈ ਨਾ। ਅਤੇ ਆਪਾਂ ਸੋਚੀ, ਮੈਂ ਕਈ ਵਾਰ ਸੋਚਦੀ ਹਾਂ, ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਹਾਂ, ਮੈਂ ਕਿਹਾ ਤੁਸੀਂ ਸਾਰਾ ਦਿਨ ਫੋਨ ਫੜੀ ਰੱਖਦੇ ਹੋ, ਹੈ ਨਾ, ਥੋੜ੍ਹਾ ਬਹੁਤਾ ਫੋਨ ਨੂੰ ਛੱਡ ਦਿਉ, ਹੈ ਨਾ। ਅਤੇ ਮੈਨੂੰ ਕਹਿੰਦੇ ਤੂੰ ਕਿਹੜਾ ਛੱਡਦੀ ਹੈ, ਮੈਂ ਕਿਹਾ ਮੇਰਾ ਤਾਂ ਕੰਮ ਹੈ। ਮੈਨੂੰ ਕਹਿੰਦੇ ਮੇਰਾ ਕੰਮ ਨਹੀਂ। ਬਸ ਇਸ ਤਰ੍ਹਾਂ ਦੀ ਮਿੱਠੀ ਮਿੱਠੀ ਲੜਾਈ ਹੁੰਦੀ ਰਹਿੰਦੀ ਹੈ ਸਾਡੀ, ਹੈ ਨਾ। ਅਤੇ ਲਓ ਜੀ, ਹੁਣ ਆਪਾਂ ਕਲੱਚਰ ਲਗਾ ਲਿਆ ਹੋਇਆ, ਇਹ ਧੁੱਪ ਸੇਕ ਰਹੇ ਸੀ। ਅੱਜ ਨਾ ਇੰਨੀ ਠੰਡ ਨਹੀਂ ਹੈਗੀ ਚੰਡੀਗੜ੍ਹ ਦੇ ਵਿੱਚ ਬਿਲਕੁਲ ਵੀ, ਮਤਲਬ ਇਸ ਤਰ੍ਹਾਂ ਕਿ ਧੁੱਪ ਤਿੱਖੀ ਲੱਗ ਰਹੀ ਹੈਗੀ ਹੈ, ਪਰ ਆਪਾਂ ਵੀ ਸਿਰ ਸੁਰ ਧੋ ਕੇ ਫਲਿੱਕ ਫਲੁੱਕ ਕੱਢ ਲਏ ਹੋਏ ਆ, ਹੈ ਨਾ ਆਪਣੇ। ਲਓ ਜੀ, ਤਿਆਰ ਹਜੇ ਠਹਿਰ ਕੇ ਹੋਵਾਂਗੇ, ਬਸ ਇਸ ਤਰ੍ਹਾਂ ਕਿ ਆਪਣੇ ਆਪ ਨੂੰ, ਹੈ ਨਾ, ਇੱਕ ਵਾਰੀ ਤਿਆਰ ਕਰ ਲਿਆ ਤੁਹਾਡੇ ਸਾਹਮਣੇ। ਜੇ ਤੁਹਾਡੇ ਸਾਹਮਣੇ ਆਉਣ ਦਾ ਨਾ ਮੌਕਾ ਮਿਲਦਾ, ਤਾਂ ਸ਼ਾਇਦ ਮੈਂ ਇਸ ਤਰ੍ਹਾਂ ਹੀ ਸਿਰ ਬੰਨ ਕੇ, ਹੈ ਨਾ, ਅਤੇ ਕਿਚਨ ਦੇ ਵਿੱਚ ਕੰਮ ਕਰਦੀ ਮਿਲਦੀ ਇਹਨਾਂ ਨੂੰ। ਅਤੇ ਹੁਣ ਮੈਂ ਸਾਰਿਆਂ ਨੂੰ ਤੁਹਾਨੂੰ ਮਿਲ ਰਹੀ ਹਾਂ। ਫਿਰ ਦੇਖ ਲਓ ਜੀ, ਅਸੀਂ ਗੱਪਾਂ ਛੱਪਾਂ ਮਾਰੀਆਂ, ਹੈ ਨਾ। ਅਤੇ ਗੱਪਾਂ ਛੱਪਾਂ ਮਾਰ ਮੂਰ ਕੇ ਫਿਰ ਭਾਈ ਮੈਂ ਅੰਦਰ ਜਾਣਾ ਸੀ ਰਸੋਈ ਦੇ ਵਿੱਚ, ਹੈ ਨਾ। ਆਲੂਆਂ ਦੇ ਬਣਾਉਣੇ ਸੀ ਪਰੌਂਠੇ, ਇਹ ਕੁਛ ਆਪਣਾ ਦੱਸ ਰਹੇ ਸੀ ਫੋਨ ਦੇ ਵਿੱਚ, ਦੇਖ ਰਹੇ ਸੀਗੇ, ਮੈਂ ਸੁਣ ਰਹੀ ਸੀ, ਕੋਲ ਬੈਠੀ ਸੁਣਨਾ ਹੀ ਸੀਗਾ, ਹੈ ਨਾ। ਅਤੇ ਫਿਰ ਦੇਖ ਲਓ ਜੀ, ਆਪਾਂ ਰਸੋਈ ਦੇ ਵਿੱਚ ਆ ਗਏ, ਤਿਆਰ ਤਿਉਰ ਹੋ ਗਏ, ਹੈ ਨਾ। ਬਿੰਦੀ ਲਾ ਲਈ, ਲਿਪਸਟਿਕ ਲਾ ਲਈ, ਕੱਜਲ ਨਹੀਂ ਭਾਈ ਅੱਜ ਮੈਂ ਪਾਇਆ, ਅਤੇ ਬਸ ਇਸ ਤਰ੍ਹਾਂ ਹੀ, ਹੈ ਨਾ, ਕਲੱਚਰ ਲਗਾ ਕੇ ਆ ਗਈ। ਅਤੇ ਹੁਣ ਆਪਾਂ ਆਈ ਢਿੱਡ 'ਚ ਮਾਰ ਕੇ ਚਾਕੂ, ਜਿਸ ਤਰ੍ਹਾਂ, ਹੈ ਨਾ, ਆਪਾਂ ਫਿਲਮਾਂ ਦੇਖਦੇ ਸੀ ਨਾ, ਅਤੇ ਪਹਿਲਾਂ ਜਿਵੇਂ ਪੇਟ ਦੇ ਵਿੱਚ ਚਾਕੂ ਮਾਰ ਕੇ ਖੂਨ ਆ ਜਾਂਦਾ ਸੀ, ਮੈਨੂੰ ਬੜਾ ਸ਼ੌਂਕ ਸੀ, ਹਾਏ ਮੈਂ ਵੀ ਉਹਦੇ ਪੇਟ 'ਚ ਚਾਕੂ ਮਾਰਾਂ। ਸੋ ਇਸ ਤਰ੍ਹਾਂ, ਹੈ ਨਾ, ਥੋੜ੍ਹਾ ਜਿਹਾ ਮਸਤੀ ਵਾਲਾ ਮੂਡ ਬਣਾ ਕੇ ਰੱਖਣਾ ਚਾਹੀਦਾ, ਤਾਂ ਕਿ ਸਾਡਾ ਕੰਮ ਕਰਨ ਨੂੰ ਵੀ ਜੀ ਕਰੇ, ਹੈ ਨਾ। ਨਹੀਂ ਤਾਂ ਬੰਦਾ ਘਰ ਦਾ, ਜਿਸ ਤਰ੍ਹਾਂ ਰੱਬ ਨੇ ਡਿਊਟੀ ਸਾਡੀ ਲਗਾ ਰੱਖੀ ਆਪਣੀ ਫੈਮਿਲੀ ਵਾਸਤੇ, ਹੈ ਨਾ, ਨਹੀਂ ਤਾਂ ਆਪਾਂ ਬੋਰ ਹੋ ਜਾਈਏ। ਅਤੇ ਥੋੜ੍ਹਾ ਬਹੁਤ ਆਪਣੇ ਆਪ ਨੂੰ ਮਸਤ ਰੱਖਣਾ ਸਾਡਾ ਖੁਦ ਦਾ ਫਰਜ਼ ਹੈ। ਬਾਕੀ ਜਿਵੇਂ ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀ, ਹੈ ਨਾ, ਕਿ ਜਿੰਨੀ ਦੇਰ ਆਪਣਾ ਸਫ਼ਰ ਇੱਕ ਦੂਜੇ ਦੇ ਨਾਲ ਲਿਖਿਆ ਹੋਇਆ, ਹੈ ਨਾ, ਕਿਉਂਕਿ ਮੇਰੇ ਸਿਰ 'ਤੇ ਹੀ ਹੈ, ਹੈ ਨਾ, ਸਾਰਾ ਕੰਮ। ਅਤੇ ਜਿਸ ਤਰ੍ਹਾਂ ਮੇਰੇ ਹਸਬੈਂਡ ਵੀ ਪੂਰਾ ਵਲੋਗ ਨਹੀਂ ਬਣਾ ਸਕਦੇ, ਅਤੇ ਮੈਨੂੰ ਕਹਿੰਦੇ ਹੁੰਦੇ ਮੇਰੇ ਤੋਂ ਨਹੀਂ ਬਣਦਾ ਹੈਗਾ, ਹੈ ਨਾ। ਅਤੇ ਕਹਿੰਦੇ ਨਾ, ਜੋ ਵੀ ਕੰਮ ਹਸਬੈਂਡ ਕਰ ਸਕਦੇ ਉਹ ਕਰਕੇ ਵੀ ਦਿੰਦੇ ਆ ਮੇਰੇ ਹਸਬੈਂਡ, ਅਤੇ ਪਰ ਜਿਹੜਾ ਨਹੀਂ ਕਰ ਸਕਦੇ ਉਹ ਕਹਿ ਵੀ ਦਿੰਦੇ ਵੀ ਮੈਨੂੰ ਔਖਾ ਲੱਗਦਾ। ਜਦੋਂ ਉਹ ਕਹਿ ਦਿੰਦੇ ਨੇ ਮੈਨੂੰ ਔਖਾ ਲੱਗਦਾ, ਹੈ ਨਾ, ਜਿਸ ਤਰ੍ਹਾਂ ਮੈਂ ਕਹਿ ਦਿੰਦੀ ਮੈਨੂੰ ਚਾਹ ਦਾ ਕੱਪ ਬਣਾ ਕੇ ਪਿਆ ਦਿਉ ਆਪਦੇ ਹੱਥ ਦਾ, ਫਿਰ ਮੈਨੂੰ ਕਹਿ ਦਿੰਦੇ ਤੂੰ ਕਹੇਂਗੀ ਮਿੱਠਾ ਤੇਜ਼ ਹੈ, ਪੱਤੀ ਤੇਜ਼ ਹੈ, ਤੇਰੇ ਵਰਗੀ ਚਾਹ ਨਹੀਂ ਮੈਂ ਬਣਾ ਸਕਦਾ। ਸੋ ਕਹਿੰਦੇ ਨਾ, ਕੰਮ ਕੰਮ ਤਾਂ ਹੁੰਦਾ, ਹੈ ਨਾ, ਜਿਵੇਂ ਅਸੀਂ ਮਤਲਬ ਕੰਮ ਆਪਦਾ ਘਰ ਦਾ ਕਰ ਸਕਦੇ ਹਾਂ, ਅਤੇ ਇਹ ਬਾਹਰਲਾ ਘਰ ਕੰਮ ਕਰ ਸਕਦੇ ਆ, ਹੈ ਨਾ। ਅਤੇ ਮੈਂ ਸੋਚਾਂ ਵੀ ਅੱਜ ਵਲੋਗ ਇਹ ਬਣਾ ਦੇਣਗੇ, ਥੋੜ੍ਹਾ ਜਿਹਾ ਮੈਨੂੰ ਰੈਸਟ ਮਿਲ ਜੂਗਾ। ਬਸ ਕਹਿੰਦੇ ਨਾ, ਕਿਸੇ ਟਾਈਮ ਮੈਨੂੰ ਐਂ ਲੱਗਦਾ ਮੈਂ ਜ਼ਿਆਦਾ ਦੇਰ ਨਹੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਪਾਊਂਗੀ, ਹੈ ਨਾ। ਅਤੇ ਪਰ ਕਿਸੇ ਟਾਈਮ ਮੇਰੀ ਹਿੰਮਤ ਵੱਧ ਜਾਂਦੀ ਹੈ ਵੀ ਨਹੀਂ ਨਹੀਂ ਮੈਂ ਇਸ ਤਰ੍ਹਾਂ ਦੀ ਗੱਲ ਕਿਉਂ ਸੋਚਦੀ ਹਾਂ, ਹੈ ਨਾ। ਜਿਸ ਤਰ੍ਹਾਂ ਲੁਧਿਆਣੇ ਤੋਂ ਗੀਤਾ ਜੀ ਦਾ ਮੈਸੇਜ ਆਇਆ ਸੀਗਾ, ਅਤੇ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਹੀ ਮੈਂ ਦੇਖ ਲਓ ਕੈਮਰਾ ਔਨ ਕਰ ਲੈਂਦੀ ਹਾਂ।
ਤੇ ਜੈਪੁਰ ਤੋਂ ਸ਼ਾਇਦ ਮੈਨੂੰ ਲੱਗਦਾ ਸ਼ਾਇਦ ਰਜਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਰਜਿੰਦਰ ਕੌਰ ਜੀ। ਤੇ ਅਗਰ ਮੈਂ ਕੱਲ ਜਿਸ ਤਰ੍ਹਾਂ ਨਾਮ ਬੋਲੇ ਸੀਗੇ, ਅਗਰ ਕੋਈ ਵੀ ਨਾਮ ਰਹਿ ਗਿਆ ਹੋਵੇ ਆਈਡੀ ਤੋਂ ਦੇਖ ਕੇ, ਨਹੀਂ ਮੈਂ ਨਾਮ ਤੁਹਾਡਾ ਹੈ ਨਾ ਜਿਸ ਤਰ੍ਹਾਂ ਬੋਲ ਸਕਦੀ, ਅਗਰ ਕੁਛ ਲਿਖਿਆ ਹੁੰਦਾ ਮੈਂ ਜ਼ਰੂਰ ਬੋਲਦੀ ਹਾਂ। ਬਾਕੀ ਵੀ ਮੇਰੇ ਨਾਲ ਜਿਵੇਂ ਤੁਸੀਂ ਜੁੜੇ ਹੋਏ ਹੋ ਸਾਰੇ ਜਣੇ, ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਹੈ ਨਾ। ਮੇਰੀ ਹਿੰਮਤ ਤੁਸੀਂ ਇੰਨੀ ਵਧਾਈ ਹੈ, ਬਹੁਤ ਹੀ ਜ਼ਿਆਦਾ। ਮੈਂ ਇੰਨੀ ਹਿੰਮਤ ਵਾਲੀ ਹੈ ਨਹੀਂ ਸੀ, ਬਸ ਘਰੇ ਹੀ ਸੋਚਦੀ ਹੁੰਦੀ ਸੀ ਮੈਂ ਹਿੰਮਤ ਵਾਲੀ ਹਾਂ, ਪਰ ਹਿੰਮਤ ਕਰਕੇ ਦਿਖਾਣੀ ਹੈ ਨਾ, ਇਹ ਤੁਹਾਨੂੰ ਦਿਖਾਈ ਹੈ ਮੈਂ। ਤੇ ਜਿਸ ਤਰ੍ਹਾਂ ਮੈਂ ਆਪਣੀ ਸਟੋਰੀ ਦੱਸਦੀ ਰਹਿੰਦੀ ਹਾਂ ਹੈ ਨਾ, ਮੈਂ ਇਸ ਤਰ੍ਹਾਂ ਸੀ, ਮੈਂ ਇਸ ਤਰ੍ਹਾਂ ਸੀ, ਟੈਨਸ਼ਨਾਂ ਹਰਾ ਦਿੰਦੀ ਹੈ ਨਾ ਇਨਸਾਨ ਨੂੰ। ਤੇ ਕਹਿੰਦੇ ਨਾ ਟੈਨਸ਼ਨਾਂ ਨੂੰ ਹਰਾਉਣਾ ਸਾਡਾ ਕੰਮ ਹੈ, ਸੋ ਅੱਜ ਮੇਰਾ ਇਹ ਟਾਈਮ ਹੈ ਕਿ ਟੈਨਸ਼ਨਾਂ ਨੂੰ ਹਰਾ ਕੇ ਮੈਂ ਤੁਹਾਡੇ ਅੱਗੇ ਆਈ ਹਾਂ। ਕੱਲ੍ਹ ਮੈਸੇਜ ਆਇਆ ਸੀ ਲਾਈਵ ਦੇ ਵਿੱਚ, ਦੇਵਿਕਾ ਜੀ ਹੈਲੋ। ਹੈਲੋ ਦੇਵਿਕਾ ਜੀ, ਅਗਰ ਤੁਸੀਂ ਵਲੋਗ ਦੇਖਦੇ ਹੋ ਮੈਨੂੰ ਜ਼ਰੂਰ ਦੱਸਿਓ ਚਾਹ ਬਾਰੇ ਤੁਸੀਂ ਕੀ ਡਿਸਕਸ ਕੀਤੀ ਸੀ। ਐਕਚੁਅਲੀ ਮੈਨੂੰ ਸਮਝ ਨਹੀਂ ਆਈ ਹੈ ਨਾ, ਜਿਸ ਤਰ੍ਹਾਂ ਮੈਂ ਔਰ ਹਸਬੈਂਡ ਗੱਲਾਂ ਵੀ ਮਾਰ ਰਹੇ ਸੀ ਆਪਸ ਦੇ ਵਿੱਚ, ਔਰ ਤੁਹਾਡੇ ਨਾਲ ਵੀ ਮੈਂ ਗੱਲ ਕਰ ਰਹੀ ਸੀਗੀ ਹੈ ਨਾ, ਤੇ ਮੈਨੂੰ ਨਾ ਇੱਕਦਮ ਘਬਰਾਹਟ ਵੀ ਬਹੁਤ ਜ਼ਿਆਦਾ ਹੋਈ ਪਈ ਸੀ, ਗਰਮੀ ਲੱਗ ਰਹੀ ਸੀ, ਕਦੇ ਠੰਡ ਲੱਗ ਰਹੀ ਸੀ, ਤੇ ਮੈਂ ਸੋਚਿਆ ਸੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਵਲੋਗ 'ਚ ਪੁੱਛ ਲੂੰਗੀ ਹੈ ਨਾ, ਤੇ ਉਹ ਕੁਦਰਤੀ ਲਾਈਵ ਨਾ ਡਿਲੀਟ ਹੋ ਗਈ ਹੈ ਨਾ। ਤੇ ਅਸੀਂ ਸੇਵ, ਸਾਨੂੰ ਇੰਨੀ ਕਰਨੀ ਨਹੀਂ ਆਉਂਦੀ ਹੈਗੀ, ਹਜੇ ਇੰਨਾ ਕੰਮ ਨਹੀਂ ਸਾਨੂੰ ਕਰਨਾ ਆਉਂਦਾ, ਤੇ ਮੇਰੇ ਹਸਬੈਂਡ ਕਹਿ ਰਹੇ ਸੀ ਉਹ ਤਾਂ ਡਿਲੀਟ ਹੋ ਗਈ, ਚਲੋ ਕੋਈ ਗੱਲ ਨਹੀਂ ਹੈ ਨਾ, ਤੇ ਲਾਈਵ ਦਾ ਕੀ, ਲਾਈਵ ਤਾਂ ਜਦੋਂ ਮਰਜ਼ੀ ਆ ਜਾਵਾਂਗੇ, ਪਰ ਜ਼ਰੂਰ ਦੱਸਿਆ ਕਰੋ ਅਗਰ ਵਲੋਗ ਦੇ ਵਿੱਚ ਤੁਹਾਨੂੰ ਕੋਈ ਵੀ ਇਹੋ ਜਿਹੀ ਚੀਜ਼ ਲੱਗਦੀ ਹੈ ਹੈ ਨਾ, ਜਿਹੜੀ ਤੁਸੀਂ ਅੱਛੀ ਲੱਗਦੀ ਹੈ ਜਾਂ ਬੁਰੀ ਲੱਗਦੀ ਹੈ, ਮੈਂ ਹਮੇਸ਼ਾ ਮੈਂ ਤੁਹਾਨੂੰ ਕਹਿੰਦੀ ਹੁੰਦੀ ਵਲੋਗ ਦੇ ਵਿੱਚ ਦੱਸਿਆ ਕਰੋ ਤੁਸੀਂ ਹੈ ਨਾ। ਤੇ ਲਓ ਜੀ ਹੁਣ ਚਟਨੀ ਹੈ ਤੇ ਨਾਲ ਆਲੂਆਂ ਦੀ ਸਟਫਿੰਗ ਹੈ ਤੇ ਪਰੌਂਠੇ ਬਣਦੇ ਜੀ ਗਰਮਾ ਗਰਮ। ਹੁਣ ਆਪਾਂ ਦੇਖ ਲਓ ਜੀ ਪਲੇਟ ਲਗਾਵਾਂਗੇ, ਬਹੁਤ ਵਧੀਆ ਹੈ ਨਾ ਆਪਣਾ, ਦੇਖ ਲਓ ਹੈ ਨਾ ਲੰਚ ਬਣ ਜਾਂਦਾ ਹੈਗਾ। ਭਾਈ ਪਲੇਟ ਤਾਂ ਮੈਨੂੰ ਲੱਗਦਾ ਨਹੀਂ ਲੈ ਗਏ ਸੀਗੇ, ਪਲੇਟ ਨਹੀਂ ਮੈਂ ਤੁਹਾਨੂੰ ਦਿਖਾਈ, ਸੋਰੀ ਹੈ ਨਾ। ਅਤੇ ਬਾਕੀ ਹੁਣ ਸਾਰਾ ਸਮਾਨ ਆਪਾਂ ਚੱਕਾਂਗੇ, ਅਤੇ ਤੁਹਾਨੂੰ ਮੈਂ ਦੱਸਦੀ ਹੁੰਦੀ ਹਾਂ ਨਾ ਮੇਰੇ ਹਸਬੈਂਡ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਹੈਗਾ ਹੈ ਨਾ, ਉਹ ਕਲਿੱਪ ਸ਼ਾਇਦ ਮੈਂ ਬਣਾ ਨਹੀਂ ਪਾਈ, ਅਤੇ ਸਮਾਨ ਤੁਹਾਨੂੰ ਦਿਖਾਈ ਦਿੱਤਾ ਹੈ ਨਾ। ਅਤੇ ਬਹੁਤ ਵਧੀਆ ਅੱਜ ਦਾ ਲੰਚ ਸੀਗਾ, ਬਹੁਤ ਹੀ ਜ਼ਿਆਦਾ ਵਧੀਆ, ਜਿਸ ਤਰ੍ਹਾਂ ਦਾ ਵਧੀਆ ਅੱਜ ਖਾਣਾ ਬਣਿਆ ਸੀ ਉਸ ਤਰ੍ਹਾਂ ਦਾ ਹੀ ਸਾਡਾ ਵਧੀਆ ਅੱਜ ਦਿਨ ਗਿਆ ਹੈ ਨਾ। ਬਾਕੀ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦੇਖ ਕੇ ਦੱਸਿਓ, ਠੀਕ ਹੈ। ਅਤੇ ਲੰਚ ਦੀਆਂ ਇਹਨਾਂ ਨੇ ਭਾਈ ਫੋਟੋਆਂ ਖਿੱਚੀਆਂ ਸੀ ਅਤੇ ਸ਼ੋਰਟ ਵੀਡੀਓ ਇਹਨਾਂ ਨੇ ਬਣਾਈ ਸੀ, ਉਹ ਮੈਂ ਸ਼ੋਰਟ ਵੀਡੀਓ ਦੇ ਵਿੱਚ ਪਾਊਂਗੀ। ਇਹ ਦੇਖੋ, ਇਹ ਅੱਜ ਦਾ ਆਪਣਾ ਲੰਚ ਸੀਗਾ ਹੈ ਨਾ, ਮੈਂ ਦੇਖਿਆ, ਮੈਂ ਕਿਹਾ ਚੈੱਕ ਕਰਦੀ ਹਾਂ ਇਹਨਾਂ ਨੇ ਕੀ ਵੀਡੀਓ ਬਣਾਈ ਹੈ। ਲਓ ਜੀ ਹੁਣ ਆਪਾਂ ਵੀਡੀਓ ਦਾ ਕਰੀਏ ਐਂਡ। ਲਓ ਜੀ ਹੁਣ ਆਪਾਂ ਚੱਕੀਏ ਬਾਹਰੋਂ ਕੁਰਸੀਆਂ ਵਗੈਰਾ, ਅਤੇ ਨਾਲੇ ਤੌਲੀਏ ਤੂਲੀਏ ਵਗੈਰਾ ਅੰਦਰ ਲੈ ਕੇ ਜਾਈਏ, ਅਤੇ ਹਨੇਰਾ ਹੋ ਚੁੱਕਿਆ ਅਤੇ ਕੱਲ੍ਹ ਨੂੰ ਫਿਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ, ਠੀਕ ਹੈ। ਅਤੇ ਵੀਡੀਓ ਕਿਵੇਂ ਲੱਗੀ ਤੁਸੀਂ ਜ਼ਰੂਰ ਦੱਸਿਆ ਕਰੋ, ਸੋਰੀ। ਜਿਵੇਂ ਸਮਾਨ ਆਪਾਂ ਚੱਕ ਕੇ ਲਿਆਉਂਦੇ ਹਾਂ ਉਵੇਂ ਆਪਾਂ ਸਮਾਨ ਦੇਖ ਲਓ ਜੀ ਅੰਦਰ ਲੈ ਕੇ ਜਾਂਦੇ ਹਾਂ। ਅਤੇ ਹੁਣ ਦੇਖ ਲਓ ਜੀ ਰਾਤ ਹੋ ਚੁੱਕੀ ਹੈ, ਤਾਰੇ ਨਿਕਲ ਚੁੱਕੇ ਜਿਵੇਂ ਤੁਸੀਂ ਦੇਖ ਰਹੇ ਹੋ, ਉਹ ਦੇਖੋ ਤਾਰਾ ਦਿਖ ਰਿਹਾ ਨਾ। ਅਤੇ ਓਕੇ ਜੀ, ਬਾਏ ਬਾਏ, ਕੱਲ੍ਹ ਨੂੰ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ, ਓਨੀ ਦੇਰ ਵਾਸਤੇ ਬਾਏ ਬਾਏ।